ਪੰਜਾਬ ਵਿਧਾਨ ਸਭਾ ਬਜਟ ਸੱਤਰ ਦੀ ਅੱਜ ਦੀ ਕਾਰਵਾਈ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ। ਸੈਸ਼ਨ ਤੋਂ ਬਾਅਦ ਹੁਣ ਵਿਧਾਇਕ ਅਤੇ ਮੰਤਰੀ ਜਿਹੜੇ ਨੇ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ, ਤਸਵੀਰਾਂ ਵਿਖਾਉਂਦੇ ਨੇ ਜਿਸ ਢੰਗ ਦੇ ਨਾਲ ਅੱਜ ਬਜਟ ਜਿਹੜਾ ਉਹ ਬਹੁਮਤ ਅੰਕੜੇ ਦੇ ਨਾਲ ਪਾਸ ਹੁੰਦਾ ਹੋਇਆ ਨਜ਼ਰ ਆਇਆ, ਔਰ ਉਸ ਤੋਂ ਬਾਅਦ ਵਿਧਾਇਕਾਂ ਦੇ ਮੰਤਰੀਆਂ ਦੇ ਕੀ ਕਰਕੇ ਬਾਹਰ ਆਉਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ। ਹਾਲਾਂਕਿ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਬਜਟ ਸੱਤਰ ਦੀ ਇਸ ਕਾਰਵਾਈ ਦੇ ਵਿੱਚ ਇੱਥੇ ਪਹੁੰਚਦੇ ਨਜ਼ਰ ਆਏ ਸੀ। ਉਹਨਾਂ ਨੇ ਵੀ ਬਜਟ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਕਿ ਉਹਨਾਂ ਦਾ ਬਜਟ ਜਿਹੜਾ ਹੈ ਉਹ ਗਰੰਟੀ ਹੈ, ਔਰ ਆਹ ਗਰੰਟੀ ਜਿਹੜੀ ਹੈ ਲੋਕਾਂ ਨੂੰ ਜਿਹੜੀ ਇਹ ਸੁਵਿਧਾਵਾਂ ਉਹ ਮੁਹੱਈਆ ਕਰਾਉਣ ਦਾ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਮੈਨੀਫੈਸਟੋ ਨੂੰ ਲੈ ਕੇ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੀ ਟਿੱਪਣੀ ਕਰਦੇ ਨਜ਼ਰ ਆਏ। ਉਹ ਕਹਿੰਦੇ ਨਜ਼ਰ ਆਏ ਕਿ ਜਿਹੜਾ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤਾਂ ਕਿ ਪਾਰਟੀਆਂ ਨੂੰ ਪੁੱਛਿਆ ਜਾਏ ਕਿ ਚੋਣਾਂ ਵੇਲੇ ਜਿਹੜੇ ਵਾਅਦੇ ਪਾਰਟੀਆਂ ਕਰਦੀਆਂ ਨੇ ਉਹ ਵਾਅਦੇ ਕਿਉਂ ਮੁਕੰਮਲ ਨਹੀਂ ਹੁੰਦੇ। ਮੁੱਖ ਮੰਤਰੀ ਸਾਹਿਬ ਜਿਹੜੇ ਨੇ ਬਾਹਰ ਆਉਂਦੇ ਹੋਏ ਵੀ ਨਜ਼ਰ ਆ ਰਹੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼। ਦੇਖੋ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਹੁਣ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ, ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾ ਦਿੰਦੇ ਹਾਂ ਇੱਕ ਇੱਕ ਕਰਕੇ। MLA ਜਿਹੜੇ ਨੇ ਬਾਹਰ ਆ ਰਹੇ ਨੇ, ਮੰਤਰੀ ਜਿਹੜੇ ਨੇ ਉਹ ਬਾਹਰ ਆ ਰਹੇ ਨੇ, ਹਰਭਜਨ ਸਿੰਘ ETO ETO ਸਾਹਿਬ ਇੱਕ ਇੱਕ ਕਰਕੇ ਮੰਤਰੀਆਂ ਦੇ ਇੱਥੇ ਪਹੁੰਚਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਜਿਸ ਢੰਗ ਦੇ ਨਾਲ ਬਜਟ ਜਿਹੜਾ ਉਹ ਪਾਸ ਹੋਇਆ, ਔਰ ਉਸ ਤੋਂ ਬਾਅਦ ਜਿੰਪਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਬਜਟ ਜਿਹੜਾ ਬਹੁਮਤ ਅੰਕੜੇ ਦੇ ਨਾਲ ਪਾਸ ਹੁੰਦਾ ਹੋਇਆ ਨਜ਼ਰ ਆਇਆ, ਲੇਕਿਨ ਦੂਜੇ ਪਾਸੇ ਮੈਨੀਫੈਸਟੋ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤਾਂ ਕਿ ਪਾਰਟੀਆਂ ਨੂੰ ਜ਼ਰੂਰ ਪੁੱਛਿਆ ਜਾਏ ਕਿ ਆਖਿਰ ਜਿਹੜੇ ਤੁਸੀਂ ਚੋਣਾਂ ਵੇਲੇ ਵਾਅਦੇ ਕੀਤੇ ਸੀ ਉਹ ਕਿਉਂ ਪੂਰੇ ਨਹੀਂ ਹੁੰਦੇ। ਕੌਣ ਇਹ ਗੱਲ ਕਹਿ ਸਕਦਾ ਜਿਹਦੀ ਨੀਅਤ ਅੱਛੀ ਹੋਵੇ, ਜਿਹਨਾਂ ਨੂੰ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਯਾਦ ਹੋਵੇ, ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕਰਨਾ ਪ੍ਰੋਮਿਸ ਨੂੰ ਨਿਭਾਉਣਾ ਜਾਣਦਾ ਹੋਵੇ। ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਕਿ ਜਿੱਥੇ ਉਹਨਾਂ ਨੇ ਇਸ 3-2 ਸਾਲ ਸਾਡੀ ਸਰਕਾਰ ਦੇ ਪੂਰੇ ਹੋਏ ਆ, ਜਿਹੜੇ ਵਾਅਦੇ ਅਸੀਂ ਨਿਭਾ ਸਕਦੇ ਸੀ ਨਿਭਾਏ ਆ, ਜਿਹੜੇ ਮੁੱਖ ਮੰਤਰੀ ਜੀ ਨੇ ਕਿਹਾ ਔਰ ਹਰਪਾਲ ਚੀਮਾ ਜੀ ਨੇ ਕਿਹਾ ਵੀ ਜਿਹੜੇ ਬਾਕੀ ਵਾਅਦੇ ਅਸੀਂ ਜਲਦ ਨਿਭਾਵਾਂ। ਬਿਲਕੁਲ, ਹਰਪਾਲ ਸਿੰਘ ਚੀਮਾ ਵੀ ਇੱਥੇ ਆ ਚੁੱਕੇ ਨੇ ਕਿਉਂਕਿ ਇਹਨਾਂ ਦਾ ਬਜਟ ਜਿਹੜਾ ਅੱਜ ਪਾਸ ਵੀ ਹੁੰਦਾ ਨਜ਼ਰ ਆਇਆ। ਚੀਮਾ ਸਾਹਿਬ ਅੱਜ ਬਜਟ ਪਾਸ ਹੋ ਗਿਆ ਬਹੁਮਤ ਅੰਕੜੇ ਦੇ ਨਾਲ, ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ? ਸਾਰੇ ਮੈਂਬਰ ਸਾਹਿਬਾਨ ਨੇ ਜਿੰਨੇ ਵੀ ਆਪਦੇ ਆਪਦੇ ਹਲਕਿਆਂ ਤੋਂ ਚੁਣ ਕੇ ਆਏ ਨੇਗੇ, ਸਾਰਿਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਭਾਗ ਲਿਆ, ਔਰ ਜਿੰਨਾ ਜਿੰਨਾ ਟਾਈਮ ਮਾਨਯੋਗ ਸਪੀਕਰ ਨੇ ਅਲਾਟ ਕੀਤਾ ਸੀ ਉਹਨਾਂ ਨੇ ਆਪਣੀ ਗੱਲ ਰੱਖੀ, ਔਰ ਸਾਰੀਆਂ ਗੱਲਾਂ ਦਾ ਜਵਾਬ ਸਾਡੇ ਸਾਰੇ ਮੰਤਰੀ ਸਾਹਿਬਾਨ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਦਿੱਤਾ, ਔਰ ਉਸ ਤੋਂ ਬਾਅਦ ਬੀਇੰਗ ਏ ਫਾਈਨਾਂਸ ਮਿਨਿਸਟਰ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਭੁਲੇਖਾ ਪਾਉਣ ਦਾ ਯਤਨ ਕੀਤਾ ਕਿ ਇੱਥੇ ਬਜਟ ਘੱਟ ਆ, ਇੱਥੇ ਬਜਟ ਪੂਰਾ ਨਹੀਂ, ਝੂਠ ਬੋਲਣ ਦਾ ਕੰਮ ਕਰਨ ਦੀ ਕੋਸ਼ਿਸ਼, ਇਕੱਲੀ ਇਕੱਲੀ ਗੱਲ ਜਿਹੜੀ ਆ ਉਹ ਸਦਨ ਦੇ ਅੰਦਰ ਰੱਖ ਕੇ ਆਇਆਗਾ, ਔਰ ਇਸੇ ਕਰਕੇ ਉਸ ਤੋਂ ਬਾਅਦ ਸਾਰੇ ਮੈਂਬਰ ਸਾਹਿਬਾਨ ਨੇ ਉਹਨੂੰ ਸਾਡਾ ਬਜਟ ਜਿਹੜਾ ਉਹ 2024-25 ਦਾ ਉਹ ਪਾਸ ਕੀਤਾ। ਮੈਨੀਫੈਸਟੋ ਨੂੰ ਲੈ ਕੇ ਸਵਾਲ, ਮੈਨੀਫੈਸਟੋ ਨੂੰ ਲੈ ਕੇ ਫਿਰ ਮੁੱਖ ਮੰਤਰੀ ਜਿਹੜੇ ਨੇ ਸਦਨ ਦੇ ਵਿੱਚ ਬੋਲਦੇ ਨਜ਼ਰ ਆਏ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਤਾਂ ਕਿ ਪਾਰਟੀਆਂ ਨੂੰ ਪੁੱਛਿਆ ਜਾਏ ਕਿ ਚੋਣਾਂ ਵੇਲੇ ਜਿਹੜੇ ਵਾਅਦੇ ਹੁੰਦੇ ਨੇ ਉਹ ਬਾਅਦ 'ਚ ਪੂਰੇ ਕਿਉਂ ਨਹੀਂ ਹੁੰਦੇ। ਬਿਲਕੁਲ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਵਿਜ਼ਨ ਆ ਕਿ ਚੋਣ ਮੈਨੀਫੈਸਟੋ ਜਿਹੜਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਪਰ ਅਸੀਂ ਡਿਊਰਿੰਗ ਦੀ ਇਲੈਕਸ਼ਨ 2022 ਸਾਰਿਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਭਾਗ ਲਿਆ, ਔਰ ਜਿੰਨਾ ਜਿੰਨਾ ਟਾਈਮ ਮਾਨਯੋਗ ਸਪੀਕਰ ਸਾਹਿਬ ਨੇ ਅਲਾਟ ਕੀਤਾ ਸੀ
ਉਹਨਾਂ ਨੇ ਆਪਣੀ ਗੱਲ ਰੱਖੀ ਔਰ ਸਾਰੀਆਂ ਗੱਲਾਂ ਦਾ ਜਵਾਬ ਸਾਡੇ ਸਾਰੇ ਮੰਤਰੀ ਸਾਹਿਬਾਨ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੇ ਅੱਛੇ ਤਰੀਕੇ ਨਾਲ ਦਿੱਤਾ ਔਰ ਉਸ ਤੋਂ ਬਾਅਦ ਬੀਂਗ ਏ ਫਾਈਨਾਂਸ ਮਿਨਿਸਟਰ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਭੁਲੇਖਾ ਪਾਉਣ ਦਾ ਯਤਨ ਕੀਤਾ ਕਿ ਇੱਥੇ ਬਜਟ ਘੱਟ ਆ, ਇੱਥੇ ਬਜਟ ਪੂਰਾ ਨਹੀਂ, ਝੂਠ ਬੋਲਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅਪੋਜੀਸ਼ਨ ਨੇ, ਉਹ ਵੀ ਪੰਜਾਬ ਦੀ ਇਸ ਵਿਧਾਨ ਸਭਾ ਦੇ ਅੰਦਰ ਮੈਂ ਇਕੱਲੀ ਇਕੱਲੀ ਗੱਲ ਜਿਹੜੀ ਆ ਉਹ ਸਦਨ ਦੇ ਅੰਦਰ ਰੱਖ ਕੇ ਆਇਆਂਗਾ ਔਰ ਇਸੇ ਕਰਕੇ ਉਸ ਤੋਂ ਬਾਅਦ ਸਾਰੇ ਮੈਂਬਰ ਸਾਹਿਬਾਨ ਨੇ ਉਹਨੂੰ ਸਾਡਾ ਬਜਟ ਜਿਹੜਾ ਉਹ 2024-25 ਦਾ ਉਹ ਪਾਸ ਕੀਤਾ। ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਵਿਜ਼ਨ ਆ ਕਿ ਚੋਣ ਮੈਨੀਫੈਸਟੋ ਜਿਹੜਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਪਰ ਅਸੀਂ ਡਿਊਰਿੰਗ ਦੀ ਇਲੈਕਸ਼ਨ 2022 ਜਦੋਂ ਇਲੈਕਸ਼ਨ ਹੋ ਰਹੀਆਂ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਜਿਹੜੀਆਂ ਗਰੰਟੀਆਂ 5 ਗਰੰਟੀਆਂ ਦਿੱਤੀਆਂ ਸੀਗੀਆਂ, 5 ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀਗੀਆਂ ਔਰ 4 ਗਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਵਿਦਇਨ 2 ਈਅਰ, 2 ਸਾਲ ਦੇ ਛੋਟੇ ਜਿਹੇ ਵਕਫੇ ਦੌਰਾਨ ਔਰ 3 ਸਾਲ ਦਾ ਸਮਾਂ ਬਾਕੀ ਆ, 1 ਗਰੰਟੀ ਰਹਿ ਗਈ ਜਿਹੜਾ ਤੁਸੀਂ ਸਵਾਲ ਪੁੱਛਣਾ ਗਾ ਉਹ ਅਗਲੇ ਸਾਲਾਂ 'ਚ ਪੂਰੀ ਕਰ ਦਿਆਂਗੇ। ਦੇਖੋ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਨੇ, ਰੂਲ ਬੁੱਕ ਬਣੀ ਹੋਈ ਆ, ਤੁਹਾਡੇ 'ਚੋਂ ਬਹੁਤ ਸਾਰੇ ਲੰਬੇ ਅਰਸੇ ਤੋਂ ਕਵਰ ਕਰ ਰਹੇ ਨੇ ਵਿਧਾਨ ਸਭਾ ਔਰ ਉਸ ਸਭ ਬੁੱਕ ਦੇ ਮੁਤਾਬਕ ਟਾਈਮ ਜਿਹੜਾ ਉਹ ਅਲੋਟ ਕੀਤਾ ਜਾਂਦਾ ਗਾ। ਕਾਂਗਰਸ ਪਾਰਟੀ ਨੂੰ 1/2 ਘੰਟੇ ਦਾ ਟਾਈਮ ਅਲੋਟ ਕੀਤਾ ਗਿਆ ਸੀਗਾ ਪਰ ਲੇਕਿਨ ਉਸ ਸਮੇਂ ਲੀਡਰ ਆਫ ਦੀ ਆਪੋਜੀਸ਼ਨ ਨੇ ਬੋਲਦੇ ਹੋਏ ਪੂਰਾ ਦਾ ਪੂਰਾ ਟਾਈਮ ਆਪਣੇ ਸਾਰੇ ਵਿਧਾਇਕਾਂ ਦਾ 1/2 ਘੰਟਾ ਖੁਦ ਲਿਆ ਔਰ ਸਦਨ ਦੇ ਅੰਦਰ ਮਾਨਯੋਗ ਸਪੀਕਰ ਸਾਹਿਬ ਨੂੰ ਕਿਹਾ ਕਿ ਸਾਰੇ ਵਿਧਾਇਕਾਂ ਦੀ ਤਰਫੋਂ ਜਿਹੜੀ ਆਪੋਜੀਸ਼ਨ ਦੇ ਵਿਧਾਇਕ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਉਹਨਾਂ ਦੀ ਤਰਫੋਂ ਮੈਂ ਬੋਲੂੰਗਾ, ਸੋ ਇਸ ਕਰਕੇ ਉਹ ਸਾਰਾ ਟਾਈਮ ਮੈਨੂੰ ਦਿੱਤਾ ਜਾਵੇ। ਸੋ ਸਪੀਕਰ ਸਾਹਿਬ ਨੇ ਟਾਈਮ ਅਲੋਟ ਕਰਤਾ ਔਰ ਉਸ ਤੋਂ ਬਾਅਦ ਵੀ ਇਹ 30 ਮਿੰਟ ਪੂਰੇ ਹੋਣ ਤੋਂ ਬਾਅਦ ਵੀ ਮਾਨਯੋਗ ਸਪੀਕਰ ਸਾਹਿਬ ਨੂੰ ਮੈਂ ਧੰਨਵਾਦ ਕਰਨਾ ਗਾ ਕਿ ਉਹਨਾਂ ਨੇ ਫਿਰ ਉਹਨਾਂ ਦੇ ਇੱਕ ਮੈਂਬਰ ਪ੍ਰਧਾਨ ਜੀ ਨੂੰ 5 ਮਿੰਟ ਉਹਨਾਂ ਨੂੰ ਦਿੱਤੇ, 5 ਮਿੰਟ ਜੀ ਸੰਦੀਪ ਜਾਖੜ ਨੂੰ ਦਿੱਤੇ, ਯਾਨੀ 30 ਮਿੰਟ ਦੀ ਬਜਾਏ 40 ਮਿੰਟ ਦਿੱਤੇ। ਪਰ ਲੇਕਿਨ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਾਂਗਰਸ ਦੇ ਰਗ ਰਗ ਵਿੱਚ ਵਸਿਆ ਗਾ ਕਿ ਉਹ ਡਰਾਮੇ ਕਰਦੀ ਆ, ਸੋ ਉਸ ਤਰ੍ਹਾਂ ਦੇ ਡਰਾਮੇ ਅੱਜ ਉਹਨਾਂ ਨੇ ਕੀਤੇ। ਸੋ ਬਿਲਕੁਲ ਸਹੀ ਟਾਈਮ ਸਹੀ ਸਮਾਂ ਸਭ ਨੂੰ ਦਿੱਤਾ ਗਿਆ, ਬਲਕਿ ਅਲੋਟਡ ਸਮੇਂ ਨੂੰ ਵੱਧ ਸਮਾਂ ਦਿੱਤਾ ਗਿਆ ਔਰ ਜਿਹੜੇ ਦੂਜੇ ਮੈਂਬਰ ਹਾਜ਼ਰ ਸੀਗੇ ਉਹਨਾਂ ਨੂੰ ਜੇ 3 ਮਿੰਟ ਜਾਂ 4 ਮਿੰਟ ਬਣਦੇ 7-7, 8-8 ਮਿੰਟ ਜਿਹੜੇ ਨੇਗੇ ਉਹ ਮਾਨਯੋਗ ਸਪੀਕਰ ਸਾਹਿਬ ਨੇ ਦਿੱਤੇ ਔਰ ਉਹਨਾਂ ਨੇ ਆਪਣੀ ਆਪਣੀ ਗੱਲ ਵੀ ਰੱਖੀ। ਸੋ ਮੈਂ ਸਮਝਦਾ ਕਾਂਗਰਸ ਪਾਰਟੀ ਕੋਲ ਕਹਿਣ ਲਈ ਕੁਛ ਨਹੀਂ ਸੀਗਾ, ਕਾਂਗਰਸ ਪਾਰਟੀ ਇਸ ਬਜਟ ਦਾ ਵਿਰੋਧ ਨਹੀਂ ਕਰ ਸਕਦੀ ਸੀਗੀ, ਉਹਨਾਂ ਕੋਲ ਕੁਛ ਵੀ ਕੰਕਰੀਟ ਕਹਿਣ ਲਈ ਨਹੀਂ ਸੀਗਾ, ਇਸ ਗੱਲ ਕਰਕੇ ਉਹਨਾਂ ਨੇ ਡਰਾਮੇਬਾਜ਼ੀ ਕਰਕੇ ਜਿਹੜੇ ਬਾਹਰ ਹੋਏ। ਇੱਕ ਗਰੰਟੀ ਤੁਸੀਂ ਗੱਲ ਕੀਤੀ ਹੈ ਕਿ ਅਗਲੇ ਸਾਲ ਪੂਰੀ ਹੋਏਗੀ, ਕਿ ਮਹਿਲਾਵਾਂ ਨੂੰ ਜਿਹੜੀ ਸਹਾਇਤਾ ਰਾਸ਼ੀ ਦੇਣ ਵਾਲੀ ਉਹ ਗਰੰਟੀ ਅਗਲੇ? ਬਿਲਕੁਲ, ਜਿਹੜੀ ਵੀ ਗਰੰਟੀਆਂ ਸਾਡੀਆਂ ਪੈਂਡਿੰਗ ਨੇ ਉਹ ਵੀ ਬੜੀ ਜਲਦੀ ਆਉਣ ਵਾਲੇ ਸਾਲਾਂ 'ਚ ਪੂਰੀਆਂ ਕਰਾਂਗੇ। ਜਿਹੜੀ 40,000 ਨੌਕਰੀਆਂ ਦੀ ਡਿਟੇਲ ਦੀ ਗੱਲ ਆ ਉਹ ਅੱਜ ਮਾਨਯੋਗ ਸੀਐਮ ਸਾਹਿਬ ਨੇ ਵੀ ਵਿਧਾਨ ਸਭਾ 'ਚ ਰੱਖੀ ਆ ਔਰ ਮੈਂ ਵੀ ਰੱਖੀ ਆ ਔਰ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਗਾ ਕਿ ਕੱਲ੍ਹ ਨੂੰ ਵੀ ਲਗਭਗ 2,000 ਦੇ ਕਰੀਬ ਨੌਕਰੀਆਂ ਜਿਹੜੀਆਂ ਨੇਗੀਆਂ ਉਹ ਲੱਡਾ ਕੋਠੀ ਜ਼ਿਲ੍ਹਾ ਸੰਗਰੂਰ 'ਚ ਵੰਡੀਆਂ ਜਾ ਰਹੀਆਂ ਨੇਗੀਆਂ। ਜੇਕਰ ਕਾਂਗਰਸ ਪਾਰਟੀ ਦਾ ਕੋਈ ਮੈਂਬਰ ਜਾਣਾ ਚਾਹੁੰਦਾ ਗਾ ਤਾਂ ਮੈਂ ਸਟਾਫ ਨੂੰ ਬੇਨਤੀ ਕਰ ਦੂੰਗਾ ਉੱਥੇ ਜਾ ਕੇ ਦੇਖ ਲੈਣ ਵੀ ਕਿਹੜੇ ਕਿਹੜੇ ਮੈਂਬਰ ਜਿਹੜੇ ਉਹ ਚੁਣੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਘਰਾਂ ਦੇ ਮੁੰਡੇ ਕੁੜੀਆਂ, ਕਾਂਗਰਸ ਪਾਰਟੀ ਦੇ MLA ਦੇ ਘਰ ਦੇ ਮੁੰਡੇ ਕੁੜੀਆਂ ਜੋਬ ਲਈ ਅਪਲਾਈ ਉਹ ਨਹੀਂ ਕਰਦੇ, ਉਹਨਾਂ ਨੂੰ ਜੋਬ ਦੀ ਲੋੜ ਹੀ ਨਹੀਂ, ਉਹ ਕਾਹਦੇ ਲਈ ਅਪਲਾਈ ਕਰਦੇ ਜਾਂ MP ਬਣਨ ਲਈ MLA ਬਣਨ ਲਈ ਕਰਦੇ ਨੇਗੇ, ਉਹ ਵਿਚਾਰੇ ਕਿਉਂ ਟੀਚਰ ਲੱਗਣ?
ਉਹਨਾਂ ਦੇ ਸਟੈਂਡਰਡ ਦੀਆਂ ਨੌਕਰੀਆਂ ਨਹੀਂ ਹੈਗੀਆਂ, ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਲੱਗ ਗਈਆਂ ਪੰਜਾਬ 'ਚ। ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ 300 ਯੂਨਿਟ ਕਿਹਦਾ ਪੰਜਾਬ 'ਚ ਮਾਫ਼ ਹੋ ਗਿਆ, ਕਿਉਂਕਿ ਉਹਨਾਂ ਦੇ ਘਰਾਂ 'ਚ ਤਾਂ ਭਾਈ 2-2 ਹਜ਼ਾਰ 3-3 ਹਜ਼ਾਰ ਯੂਨਿਟ ਮਹੀਨੇ ਦੇ ਫੁੱਕਦੇ ਨੇਗੇ, ਉਹਨਾਂ ਦੇ ਘਰਾਂ 'ਚ ਤਾਂ 50-50 ਕਿਲੋਵਾਟ ਦੇ ਲੋਡ ਚੱਲਦੇ ਨੇਗੇ। ਪਰਮਾਤਮਾ ਨਾ ਕਰੇ, ਮੈਂ ਕਹਿੰਦਾ ਮੇਰੀ ਤਾਂ ਇਹੀ ਅਰਦਾਸ ਆ ਕਿ ਉਹਨਾਂ ਦੇ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ, ਜੇਕਰ ਖੁਦਾ ਨਾ ਖਾਸਾ ਹੋ ਗਿਆ ਤਾਂ ਉਹ ਬੜੇ ਬੜੇ ਹੋਸਪਿਟਲਾਂ 'ਚ ਜਾ ਕੇ ਠੀਕ ਕਰਾਉਂਦੇ ਨੇਗੇ, ਉਹਨਾਂ ਨੂੰ ਮੁਹੱਲਾ ਕਲੀਨਿਕ ਤਾਂ ਨਹੀਂ ਦਿੰਦੇ ਹੈਗੇ। ਇਸੇ ਗੱਲ ਕਰਕੇ ਸਾਡੀਆਂ ਗਰੰਟੀਆਂ ਉਹਨਾਂ ਨੂੰ ਪੂਰੀਆਂ ਨਹੀਂ ਲੱਗਦੀਆਂ ਹੈਗੀਆਂ। ਉਹ ਵਿਚਾਰੇ ਕਦੋਂ ਗਏ ਨੇਗੇ ਕਿਸੇ ਸ਼ਹੀਦ ਦੇ ਘਰ ਉਹਦੇ ਲਈ ਕੰਡੋਲੈਂਸ ਕਰਨ ਜਾਂ ਸਨਮਾਨ ਦੇਣ? ਇਹ ਸਾਡੀ ਸਰਕਾਰ ਆ, ਇਹ ਤਾਂ ਸਿਲਾਈ ਮਸ਼ੀਨਾਂ ਦਿੰਦੇ ਹੁੰਦੇ ਸੀਗੇ, ਇਹ ਤਾਂ ਸ਼ਹੀਦਾਂ ਦੀਆਂ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਜਾਂ ਪਰਿਵਾਰਕ ਮੈਂ ਸਿਲਾਈ ਮਸ਼ੀਨਾਂ ਦਿੰਦੇ ਹੁੰਦੇ ਸੀਗੇ, ਔਰ ਸਾਡੀ ਸਰਕਾਰ ਆ ਜਿਹਨੇ 1 ਕਰੋੜ ਰੁਪਇਆ ਦਿੱਤੇ, ਅਸੀਂ ਸਨਮਾਨ ਰਾਸ਼ੀ ਦੇ ਰਹੇ ਹਾਂਗੇ। ਸੋ ਇਸ ਗੱਲ ਕਰਕੇ ਇਹਨਾਂ ਨੂੰ ਗਰੰਟੀਆਂ ਦਿੰਦੀਆਂ ਕਿੰਨੀਆਂ ਪੂਰੀਆਂ ਹੋ ਗਈਆਂ। ਸੋ ਬਿਲਕੁਲ ਇਕੱਲੀ ਇਕੱਲੀ ਗਰੰਟੀ ਪੂਰੀ ਕਰ ਰਿਹਾ। ਇਹੀ ਕਾਰਨ ਆ ਕਿ ਕਾਂਗਰਸ ਪਾਰਟੀ ਕੋਲ ਇੱਕ ਵੀ ਸ਼ਬਦ ਨਹੀਂ ਸੀ ਵਿਰੋਧ ਕਰਨ ਦਾ, ਸੋ ਕੋਈ ਨਾ ਕੋਈ ਡਰਾਮਾ ਕਰਕੇ ਅੱਜ ਉਹਨਾਂ ਨੇ ਚਲੇ ਗਏ। ਅਕਾਲੀ ਦਲ 'ਚ ਵਾਪਸੀ ਹੋਈ ਹੈ, ਕਹਿੰਦੇ ਹੁਣ ਗੱਠਜੋੜ ਵੀ ਛੇਤੀ ਹੋ ਜੂਗਾ। ਜਿੰਨੇ ਮਰਜ਼ੀ ਗੱਠਜੋੜ ਕਰ ਲੈਣ, ਹੁਣ ਪੰਜਾਬ ਦੇ ਲੋਕਾਂ ਦਾ ਗੱਠਜੋੜ ਹੋ ਗਿਆ। ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਦੀ ਸਰਕਾਰ ਦੇ ਸਮੇਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ, ਜਿਨ੍ਹਾਂ ਦੀ ਸਰਕਾਰ ਦੇ ਸਮੇਂ 2 ਨੌਜਵਾਨ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਹੋਣ, ਸ਼ਹੀਦ ਕਰ ਦਿੱਤੇ ਗਏ ਹੋਣ, ਉਹ ਜਿਹੜੇ ਮਰਜ਼ੀ ਗੱਠਜੋੜ ਕਰ ਲੈਣ, ਪੰਜਾਬ ਦੇ ਲੋਕਾਂ ਨੂੰ ਪਤਾ ਗਿਆ ਕਿ ਪੰਜਾਬ ਦੇ ਦੁਖੀ ਨੇਗੇ, ਪੰਜਾਬ ਨੂੰ ਬਰਬਾਦ ਕਰ ਲੈਣ ਨੇਗੇ। ਇਹਨਾਂ ਦੇ ਸਮੇਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਪੰਜਾਬ 'ਚ ਡਰੱਗ ਆਇਆ, ਪੰਜਾਬ 'ਚ ਨਸ਼ੇ ਆਏ। ਸੋ ਇਹ ਸਾਰੇ ਕੰਡੇ ਕਿਹਨੇ ਬੀਜੇ ਨੇ? ਅਕਾਲੀ ਦਲ ਬੀਜੇਪੀ ਨੇ ਬੀਜੇ ਨੇ, ਕਾਂਗਰਸ ਪਾਰਟੀ ਨੇ ਬੀਜੇ ਨੇ, ਅਸੀਂ ਕੀ ਕਰਕੇ ਠੀਕ ਕਰ ਰਹੇ ਹਾਂ? ਠੀਕ ਆ ਜੀ, ਤੁਸੀਂ ਖੁਸ਼ਹਾਲੀ ਦੀ ਪੰਡ ਦਿਖਾਈ, ਉਹਨਾਂ ਨੇ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਜੀ। ਇਹ ਕਰਜ਼ੇ ਦੀ ਪੰਡ ਚੜਾਉਣ ਵਾਲੇ ਕੌਣ ਨੇ? ਇਹ ਵੀ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਦੇ ਨੇਗੇ। ਪੰਜਾਬ ਜਾਣ ਦਾ 3 ਲੱਖ ਕਰੋੜ ਦਾ ਕਰਜ਼ਾ, 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਿਹਨੇ ਚੜਾਇਆ? ਕਾਂਗਰਸ ਪਾਰਟੀ ਨੇ, ਅਕਾਲੀ ਦਲ ਬੀਜੇਪੀ ਨੇ। ਜੇ ਪਿਛਲੇ 30 ਸਾਲਾਂ ਦੀ ਗੱਲ ਕਰੀਏ, 15-15 ਸਾਲ ਦੋਨਾਂ ਪਾਰਟੀਆਂ ਦਾ ਰਾਜ ਰਿਹਾ ਔਰ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਪਿਛਲੇ ਸਾਲ, ਪਿਛਲੀ ਜਿਹੜੀ 5 ਸਾਲ ਦੀ ਗੱਲ ਆ, ਜੇ ਉਹਦੇ GST ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲਗਭਗ 60,000 ਕਰੋੜ ਦਾ ਕੰਪਨਸੇਸ਼ਨ ਆਇਆ 5 ਸਾਲਾਂ 'ਚ। 60,000 ਕਰੋੜ ਦਾ ਕੰਪਨਸੇਸ਼ਨ ਆਇਆ, 1 ਲੱਖ ਕਰੋੜ ਕਰਜ਼ਾ ਲੈ ਲਿਆ, ਨਾ ਕੋਈ ਨੌਕਰੀ ਦਿੱਤੀ, ਨਾ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ, ਨਾ ਕੋਈ ਬੇਸਿਕ ਇਨਫਰਾਸਟ੍ਰਕਚਰ ਬਣਾਇਆ ਪੰਜਾਬ 'ਚ, ਕੀਤਾ ਕੀ ਆ? ਸੋ ਸਾਡੀ ਸਰਕਾਰ ਆਉਣ ਤੋਂ ਬਾਅਦ ਐਕਸਾਈਜ਼ ਦੀ ਪਾਲਿਸੀ ਆਈ, 6,000 ਤੋਂ ਵਧਾ ਕੇ 10,000 ਤੇ ਲੈ ਗਏ। ਚੀਮਾ ਸਾਹਿਬ, ਇਹ ਕਹਿ ਰਹੇ ਬਾਜਵਾ ਕਿ 67,000 ਕਰੋੜ 2 ਸਾਲ ਮੇ ਕਰਜ਼ ਕਰ ਦਿਆ ਆਮ ਆਦਮੀ ਪਾਰਟੀ ਸਰਕਾਰ ਨੇ। ਮੈਂ ਵਹੀ ਬੋਲ ਰਹਾ ਹੂੰ ਕਿ ਇਨਕੇ ਸਮੇਂ 60,000 ਕਰੋੜ ਰੁਪਇਆ ਕੰਪਨਸੇਸ਼ਨ, GST ਕੰਪਨਸੇਸ਼ਨ ਆਇਆ ਥਾ ਔਰ 1 ਲੱਖ ਕਰੋੜ ਸੇ ਉੱਪਰ ਕਾ ਕਰਜ਼ਾ ਲਿਆ ਥਾ, 1,60,000 ਕਰੋੜ ਰੁਪਇਆ ਹੋ ਗਿਆ। ਤੋ ਯੇ ਬਤਾਏ ਕਹਾਂ ਲਗਾਇਆ ਉਹਨੇ? ਹਮਾਰੇ ਤੋਂ ਬਿਲਕੁਲ ਉਸਕੇ ਜੋ ਕਰਜ਼ਾ ਬਤਾ ਰਹੇ ਹੈ ਕਿ ਲਿਆ ਹਮਨੇ, ਉਹ ਉਤਨਾ ਕਾ ਉਤਨਾ ਕਰਜ਼ਾ, 60,000 ਲਿਆ, 60 ਕਾ 60 ਹੀ ਹਮਨੇ ਲੋਨ ਕਾ ਰੀਪੇਮੈਂਟ ਔਰ ਲੋਨ ਕੇ ਇੰਟਰਸਟ ਕੀ ਲੀਪੇਮੈਂਟ ਰੀਪੇਮੈਂਟ ਕਰ ਦੀ ਔਰ ਉਸਕੀ ਜੋ ਹੈ ਪ੍ਰਿੰਸੀਪਲ ਅਮਾਊਂਟ ਰੀਪੇ ਕਰ ਦੀ। ਰਾਜਾ ਬਣੀ ਕਹਿੰਦੀ ਕਹਿੰਦੀ ਇਸ ਤਰੀਕੇ ਦੇ ਕਰਜ਼ਾ ਕਦੀ ਲੱਥ ਹੀ ਨਹੀਂ ਸਕਦਾ ਪੰਜਾਬ ਦੇ ਸਿਰ ਤੋਂ, ਇਹ ਗੱਲ ਕੱਲ ਉਹਨਾਂ ਨੂੰ ਕਹੀ ਗਈ? ਮੈਂ ਕਾਫੀ ਉਹਨਾਂ ਨੂੰ ਸਿਆਣੇ ਸਮਝਦਾਗਾ ਕਿ ਉਹ ਪੰਜਾਬ ਦੀ ਜਿਹੜੀ ਪਿਛਲੀ ਕਾਫੀ ਲੰਬੇ ਸਮੇਂ ਤੋਂ ਵਿਧਾਨ ਸਭਾ ਦੇ ਮੈਂਬਰ ਨੇਗੇ ਔਰ ਪਿਛਲੀ ਵਾਰ ਕੈਬਨਿਟ ਮੰਤਰੀ ਸੀ, ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਕਰਜ਼ਾ ਕਿੱਥੋਂ ਲਿਆ ਜਾਂਦਾ, ਜਾਂ ਉਹ ਕੈਬਨਿਟ ਦੇ ਅੰਦਰ ਮੈਨੂੰ ਲੱਗਦਾ ਕਿ ਹੋਸ਼ੋ ਆਵਾਜ਼ 'ਚ ਨਹੀਂ ਬੈਠਦੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਦੋਂ ਕਰਜ਼ਾ ਵਾਲਾ ਪਾਸ ਹੋ ਗਿਆ, ਸੋ ਕਦੋਂ ਬਜਟ ਪਾਸ ਹੋ ਗਿਆ। ਸੋ ਉਹਨਾਂ ਨੂੰ ਆਪਣੇ ਸਾਰੇ ਪੁਰਾਣੇ ਬਜਟ ਖੋਲ੍ਹ ਕੇ ਦੇਖ ਲੈਣੇ ਚਾਹੀਦੇ ਨੇ ਕਿ ਉਹਨਾਂ ਨੇ ਪੰਜਾਬ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ,
ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾਂਤਰਿਕ ਮੋਬਾਈਲ 9195505093 7154975 ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।